ਪਿਆਰੇ ਬੱਚਿਓ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਪੰਜਾਬੀ ਦਾ ਪਾਠ ਨੰਬਰ 17 ਜਿਸ ਦਾ ਨਾਮ ਹੈ ਸਨੀਤਾ ਵਿਲੀਅਮਸ ਕਰਾਂਗੇ ਇਸ ਪਾਠ ਦਾ ਉਦੇਸ਼ ਹੈ ਇਸ ਪਾਠ ਵਿੱਚ ਸਨੀਤਾ ਵਿਲੀਅਮਸ ਜੋ ਇੱਕ ਪੁਲਾੜੀ ਪੁਲਾੜ ਯਾਤਰੀ ਸੀ ਠੀਕ ਹੈ ਉਹਦੇ ਉਹਦੇ ਜੀਵਨ ਬਾਰੇ ਉਹਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਹਰ ਖੇਤਰ ਵਿੱਚ ਕੁੜੀਆਂ ਤਰੱਕੀ ਕਰ ਰਹੀਆਂ ਹਨ ਹੁਣ ਆਪਾਂ ਪਾਠ ਸ਼ੁਰੂ ਕਰਦੇ ਹਾਂ ਸਾਡਾ ਸਮਾਜ ਅਜੇ ਵੀ ਕੁੜੀ ਅਤੇ ਮੁੰਡੇ ਵਿੱਚ ਭੇਦ ਨੂੰ ਬਣਾ ਕੇ ਬੈਠਾ ਹੈ ਉਹ ਅੱਜ ਵੀ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਨਹੀਂ ਸਮਝਦਾ ਪਰ ਦੂਜੇ ਪਾਸੇ ਕੁੜੀਆਂ ਸਮਾਜ ਨੂੰ ਇਹ ਦਰਸਾ ਰਹੀਆਂ ਹਨ ਕਿ ਉਹ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਹਨ ਇਸ ਇਸ ਪਾਠ ਵਿੱਚ ਦੱਸਿਆ ਗਿਆ ਬੱਚੇ ਵੀ ਅਜੇ ਵੀ ਸਾਡਾ ਸਮਾਜ ਕੁੜੀ ਤੇ ਮੁੰਡੇ ਵਿੱਚ ਭੇਦ ਰੱਖਦਾ ਹੈ ਠੀਕ ਹੈ ਉਹ ਕੁੜੀਆਂ ਨੂੰ ਅੱਜ ਵੀ ਮੁੰਡਿਆਂ ਦੇ ਬਰਾਬਰ ਨਹੀਂ ਸਮਝਿਆ ਜਾਂਦਾ ਦੂਜੇ ਪਾਸੇ ਕੁੜੀਆਂ ਇਹ ਦੱਸ ਰਹੀਆਂ ਨੇ ਵੀ ਅਸੀਂ ਮੁੰਡਿਆਂ ਦੇ ਨਾਲੋਂ ਕਿਸੇ ਵੀ ਖੇਤਰ 'ਚ ਘੱਟ ਨਹੀਂ ਹਾਂ ਉਹ ਮੁੰਡਿਆਂ ਦੀ ਤਰ੍ਹਾਂ ਹਰ ਖੇਤਰ ਵਿੱਚ ਅੱਗੇ ਵੱਧ ਸਕਦੀਆਂ ਹਨ ਕੁੜੀਆਂ ਨੇ ਆਪਣੇ ਹੁਨਰ ਅਤੇ ਕਾਬਲੀਅਤ ਦਾ ਸਬੂਤ ਦੇਣ ਲਈ ਚੰਨ ਤੱਕ ਦੀ ਸ਼ਹਿਰ ਕਰ ਲਈ ਹੈ ਕਾਬਲੀਅਤ ਦਾ ਬੱਚੇ ਇੱਥੇ ਅਰਥ ਹੈ ਹੁਨਰ ਕੁੜੀਆਂ ਕਹਿੰਦੀਆਂ ਅਸੀਂ ਵੀ ਕਿਸੇ ਵੀ ਖੇਤਰ 'ਚ ਉਹ ਮੁੰਡਿਆਂ ਨਾਲੋਂ ਘੱਟ ਨਹੀਂ ਹਾਂ ਕੁੜੀਆਂ ਨੇ ਆਪਣੀ ਜਿਹੜੀ ਕਾਬਲੀਅਤ ਦਾ ਹੁਨਰ ਦਾ ਸਬੂਤ ਦੇਣ ਲਈ ਚੰਨ ਤੱਕ ਦੀ ਸ਼ਹਿਰ ਕਰ ਲਈ ਹੈ ਬੱਚੇ ਚੰਨ ਤੱਕ ਦੀ ਸ਼ਹਿਰ ਸਨੀਤਾ ਵਿਲੀਅਮਸ ਤੇ ਕਲਪਨਾ ਜਾਵਨਾ ਦੀ ਇਥੇ ਗੱਲ ਹੋ ਰਹੀ ਹੈ। ਉਹਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਮੁੰਡਿਆਂ ਨਾਲੋਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਪਰ ਫਿਰ ਵੀ ਸਮਾਜ ਇਹ ਭੇਦ ਕਿਉਂ ਰੱਖ ਰਿਹਾ ਹੈ? ਅੱਜ ਸਮਾਜ ਦੀ ਹਰੇਕ ਕੁੜੀ ਅੱਗੇ ਵਧਣਾ ਚਾਹੁੰਦੀ ਹੈ, ਕੁਝ ਅਜਿਹਾ ਕਰਨਾ ਚਾਹੁੰਦੀ ਹੈ ਜਿਸ ਨਾਲ ਉਸ ਦੇ ਮਾਪਿਆਂ ਤੇ ਦੇਸ਼ ਦਾ ਨਾਮ ਰੌਸ਼ਨ ਹੋਵੇ ਪਰੰਤੂ ਸਾਡਾ ਪਰੰਤੂ ਸਾਡਾ ਪਿਛਾਹ ਖਿੱਚੂ ਸਮਾਜ ਉਹਨਾਂ ਦੇ ਰਾਹ ਵਿੱਚ ਰੁਕਾਵਟ ਬਣ ਰਿਹਾ ਹੈ ਠੀਕ ਹੈ ਅੱਜ ਦੀ ਅੱਜ ਸਮਾਲ ਦੀ ਹਰੇਕ ਕੁੜੀ ਅੱਗੇ ਵਧਣਾ ਚਾਹੁੰਦੀ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦੀ ਹੈ ਆਪਣੇ ਮਾਪਿਆਂ ਦਾ ਦੇਸ਼ ਦਾ ਨਾਮ ਰੌਸ਼ਨ ਕਰਨਾ ਚਾਹੁੰਦੀ ਹੈ ਪਰ ਅੱਜ ਵੀ ਸਮਾਜ ਦੇ ਵਿੱਚ ਕੁਝ ਪੰਜਾਬ ਪਿਛਾਂ ਕਿਚੂ ਸਮਾਜ ਜਿਹੜੇ ਵੀ ਉਹਨਾਂ ਨੂੰ ਅੱਗੇ ਨਹੀਂ ਵਧਣ ਦੇ ਦੇਰੇ ਲੋਕ ਉਹ ਉਹਨਾਂ ਦੀਆਂ ਜਿਹੜੀਆਂ ਰਾਹਾਂ ਦੇ ਵਿੱਚ ਰੁਕਾਵਟ ਬਣ ਰਹੇ ਹਨ ਪਰ ਕਲਪਨਾ ਚਾਵਲਾ ਤੇ ਸਨੀਤਾ ਵਿਲੀਅਮਸ ਵਰਗੀਆਂ ਕੁੜੀਆਂ ਨੇ ਸਮਾਜ ਦੀ ਇਹ ਸੋਚ ਤੇ ਇੱਕ ਚਪੇਟ ਦਾ ਕੰਮ ਕੀਤਾ ਹੈ ਕਲਪਨਾ ਚਾਵਲਾ ਵੀ ਬੱਚੇ ਇੱਕ ਪੁਲਾੜ ਯਾਤਰੀ ਸੀ ਜੋ ਕਿ ਪੁਲਾੜ ਤੇ ਗਈ ਸੀ ਪਰ ਉਹ ਧਰਤੀ ਤੇ ਵਾਪਸ ਨਹੀਂ ਆਈ ਸੀ ਉਹ ਉਹਨਾਂ ਦੀ ਡੈਥ ਹੋ ਗਈ ਸੀ ਅਤੇ ਸੁਨੀਤਾ ਵਿਲੀਅਮਜ਼ ਵੀ ਪੁਲਾੜ ਤੇ ਗਈ ਸੀ ਇਹਨੂੰ ਵੀ ਪੁਲਾੜ ਯਾਤਰੀ ਕਿਹਾ ਜਾਂਦਾ ਹੈ ਠੀਕ ਹੈ ਇਹ ਪੁਲਾੜ ਤੇ ਗਏ ਗਈ ਸੀ ਅਤੇ ਇਹ ਧਰਤੀ ਦੇ ਉੱਤੇ ਸਫਲਤਾਪੂਰਵਕ ਵਾਪਸ ਵੀ ਆਈ ਸੀ ਠੀਕ ਹੈ ਚਪੇੜ ਦਾ ਕੰਮ ਕੀਤਾ ਹੈ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕੁੜੀਆਂ ਨੂੰ ਘਰ ਦੀ ਚਾਰਦੀਵਾਰੀ ਵਿੱਚ ਬੰਦ ਕਰਕੇ ਉਹਨਾਂ ਦੇ ਸੁਪਨਿਆਂ ਨੂੰ ਕੋਈ ਵੀ ਤੋੜ ਨਹੀਂ ਸਕਦਾ ਠੀਕ ਹੈ ਇਨਾਂ ਨੂੰ ਦੇਖ ਕੇ ਠੀਕ ਹੈ ਇਹ ਕਿਹਾ ਜਾਂਦਾ ਵੀ ਕੁੜੀਆਂ ਨੂੰ ਘਰ ਦੀ ਚਾਰਦੀਵਾਰੀ ਦੇ ਅੰਦਰ ਬੰਦ ਕਰਕੇ ਨਹੀਂ ਰੱਖਿਆ ਜਾ ਸਕਦਾ ਉਹਨਾਂ ਦੇ ਸੁਪਨਿਆਂ ਨੂੰ ਕੋਈ ਵੀ ਤੋੜ ਨਹੀਂ ਸਕਦਾ ਠੀਕ ਹੈ ਭਾਵੇਂ ਕਲਪਨਾ ਚਾਵਲਾ ਅੱਜ ਸਾਡੇ ਦਰਮਾਨ ਨਹੀਂ ਹੈ ਠੀਕ ਹੈ ਕਲਪਨਾ ਚਾਵਲਾ ਸਾਡੇ ਵਿੱਚ ਅੱਜ ਨਹੀਂ ਹੈ ਪਰ ਉਸਦੇ ਅਧੂਰੇ ਕੰਮਾਂ ਨੂੰ ਸਨੀਤਾ ਵਿਲੀਅਮਸ ਨੇ ਪੂਰਾ ਕੀਤਾ ਕਿਉਂਕਿ ਬੱਚੇ ਇੱਥੇ ਜੋ ਕਲਪਨਾ ਚਾਵਲਾ ਸੀ ਉਹ ਪੁਲਾੜ ਤੇ ਗਈ ਸੀ ਪਰ ਉਹ ਵਾਪਸ ਧਰਤੀ ਤੇ ਨਹੀਂ ਆਈ ਸੀ ਠੀਕ ਹੈ ਉਸਦੇ ਸੁਪਨੇ ਨੂੰ ਕਿਹਨੇ ਪੂਰਾ ਕੀਤਾ ਸੁਨੀਤਾ ਵਿਲੀਅਮਸ ਨੇ ਪੂਰਾ ਕੀਤਾ ਉਹ ਪੁਲਾੜ ਤੇ ਗਏ ਅਤੇ ਸਫਲਤਾਪੂਰਵਕ ਧਰਤੀ ਤੇ ਆਏ ਸਨ ਅੱਗੇ ਵਾਲਾ ਸਫਾ ਬੱਚੇ ਆਪਾਂ ਕੱਲ ਕਰਾਂਗੇ ਧੰਨਵਾਦ